ਭਾਈ ਮਨਜੀਤ ਸਿੰਘ ਜੀ ਜੋ ਕਿ ਪੰਥ ਦੀ ਇੱਕ ਸਤਕਾਰਤ ਹਸਤੀ ਨੇ ਸੰਤ ਕਰਤਾਰ ਸਿੰਘ ਉਹਨਾਂ ਦੇ ਸੁਪੁੱਤਰ ਨੇ ਤੇ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੇ ਜਿਹੜੇ ਭਰਾ ਹੈਗੇ ਨੇ ਤੇ ਉਹਨਾਂ ਨੇ ਬਰਗਾੜੀ ਮੋਰਚੇ ਦੇ ਵਿੱਚ ਜਾਣ ਦਾ ਆਪਣਾ ਜਿਹੜਾ ਫੈਸਲਾ ਹੈ ਉਹ ਦੱਸਿਆ ਹੈਗਾ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਦੱਸਿਆ ਔਰ ਇਸ ਇਸ ਤੋਂ ਬਾਅਦ ਜਿਹੜਾ ਹੈ ਅਕਾਲੀ ਦਲ ਦੇ ਵਿੱਚ ਥੋੜਾ ਇਸ ਨੂੰ ਲੈ ਕੇ ਕਾਫੀ ਨਿਮੋਸ਼ੀ ਹੈਗੀ ਆ ਕਿਉਂਕਿ ਅਕਾਲੀ ਦਲ ਦੇ ਵੱਡੇ ਲੀਡਰ ਉਹਨਾਂ ਦੇ ਘਰ ਆ ਕੇ ਵੀ ਉਹਨਾਂ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਵਿੱਚੋਂ ਜਿਹੜੀਆਂ ਖਬਰਾਂ ਆ ਰਹੀਆਂ ਸਨ ਸਾਡੀ ਆਪਣੀ ਟੀਮ ਕਾਲ ਚੈਨਲ ਦੀ ਉੱਥੇ ਮੌਜੂਦ ਸੀ ਕਿ ਕਾਫੀ ਉੱਥੇ ਕਮ ਆਸਾਨ ਮੀਟਿੰਗਸ ਹੋਈਆਂ ਜਾਂ ਗੱਲਾਂ ਬਾਤਾਂ ਹੋਈਆਂ ਪਰ ਉਸ ਤੋਂ ਬਾਅਦ ਵੀ ਭਾਈ ਮਨਜੀਤ ਸਿੰਘ ਹੁਣੀ ਆਪਣੇ ਜਿਹੜੇ ਫੈਸਲੇ ਤੇ اٹਲ ਰਹੇ ਉਹਨਾਂ ਨੇ ਕਿਹਾ ਕਿ ਗੁਰੂ ਦੀ ਬੇਅਦਬੀ ਦੇ ਲਈ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਮੈਂ ਉਸ ਦੇ ਵਿੱਚ ਸ਼ਿਰਕਤ ਜ਼ਰੂਰ ਕਰਾਂਗਾ ਮੈਂ ਇਹੋ ਜੇ ਪਵਿੱਤਰ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹਾਂ ਤੇ ਇਹ ਹੋ ਹੀ ਨਹੀਂ ਸਕਦਾ ਕਿ ਮੈਂ ਕਿਸੇ ਪੋਲਿਟੀਕਲ ਪਾਰਟੀ ਨੂੰ ਲੈ ਕੇ ਉੱਥੇ ਆਪਣਾ ਜਿਹੜਾ ਫੈਸਲਾ ਹੈ ਉਹ ਬਦਲ ਦਵਾਂ ਅਵਤਾਰ ਸਿੰਘ ਜੀ ਉਹਨਾਂ ਦੇ ਇਸ ਫੈਸਲੇ ਨੂੰ ਤੁਸੀਂ ਕਿਸ ਤਰੀਕੇ ਨਾਲ ਲੈਂਦੇ ਹੋ ਪਹਿਲੀ ਗੱਲ ਤਾਂ ਵੀ ਅਸੀਂ ਭਾਈ ਮਨਜੀਤ ਸਿੰਘ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਵੀ ਉਹਨਾਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅ ਪੰਥ ਨੂੰ ਪਹਿਲ ਦਿੰਦੀ ਹੈ ਤੇ ਗੁਰੂ ਨੂੰ ਪਹਿਲ ਦਿੰਦੀ ਹੈ ਜੀ ਜੀ ਤੇ ਇਹ ਫੈਸਲਾ ਅਸੀਂ ਸਮਝਦੇ ਹਾਂ ਵੀ ਬਹੁਤ ਦੇਰ ਬਾਅਦ ਲਿਆ ਗਿਆ ਹੋਇਆ ਹੂੰ ਹੂੰ ਤੇ ਦੂਜਾ ਉਹਨਾਂ ਦਾ ਜਿਹੜਾ ਅਕਾਲੀ ਦਲ ਵਿੱਚ ਜਾਣਾ ਹੀ ਹੈਗਾ ਹੂੰ ਹੂੰ ਉਹ ਬਿਲਕੁਲ ਗਲਤ ਫੈਸਲਾ ਹੈ ਜੀ ਇੱਕ ਇੱਕ ਇੰਨੀ ਵੱਡੀ ਸ਼ਕਤੀਸ਼ੀਲ ਸੰਤ ਕਰਤਾਰ ਸਿੰਘ ਜੀ ਦਾ ਬੇਟਾ ਹੋਵੇ ਹੂੰ ਹੂੰ ਤੇ ਇੰਨੇ ਵੱਡੇ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਦਾ ਭਰਾ ਹੋਵੇ ਜੀ ਉਹ ਤਾਂ ਜੇ ਘਰੇ ਹੀ ਬੈਠਿਆ ਰਹੇ ਉਹਨੂੰ ਕੀ ਲਾਲਚ ਪਿਆ ਹੋਇਆ ਹੂੰ ਹੂੰ ਵੀ ਆ ਛੋਟੇ ਛੋਟੇ ਲੀਡਰਾਂ ਦੇ ਸਾਹਮਣੇ ਹੱਥ ਜੋੜਦਾ ਫਿਰੇ ਵੀ ਮੈਨੂੰ ਇੱਕ ਕਾਰਪੋਰੇਸ਼ਨ ਦੀ ਚੇਅਰਮੈਨੀ ਦੇ ਦਿਓ ਜੀ ਮੈਨੂੰ ਆਹ ਦੇ ਦਿਓ ਜੀ ਹੂੰ ਇਹਨੇ ਉਹ ਤਾਂ ਸ਼ਕਤੀ ਹੀ ਐਡੀ ਵੱਡੀ ਸੀ ਕਿ ਉਹ ਤਾਂ ਜੇ ਧਰਮ ਪ੍ਰਚਾਰ ਹੀ ਕਰਦੇ ਰਹਿੰਦੇ ਬਸ ਕਿਉਂਕਿ ਮੈਨੂੰ ਲੱਗਦਾ ਵੀ ਆਰਥਿਕ ਤੌਰ ਤੇ ਕੋਈ ਇਸ ਤਰ੍ਹਾਂ ਦੀ ਪਰਿਵਾਰ ਨੂੰ ਪ੍ਰੋਬਲਮ ਨਹੀਂ ਹੈਗੀ ਹੋਏਗੀ ਵੀ ਉਹਨਾਂ ਦਾ ਵੀ ਰੋਟੀ ਪਾਣੀ ਦਾ ਕੋਈ ਮਸਲਾ ਹੋਗਾ ਇਹ ਤਾਂ ਜਿਹੜੇ ਇੱਕ ਤਰ੍ਹਾਂ ਨਾਲ ਹਾਰੇ ਹੋਏ ਲੋਕ ਸੀ ਇਹ ਉਹਨਾਂ ਦੇ ਸੀ ਭਾਈ ਸਾਹਿਬ ਆਪ ਸਿਕ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਹੇ ਆ ਹੂੰ ਹੂੰ 5 ਸਾਲ ਜੋਧਪੁਰ ਦੀ ਜੇਲ੍ਹ ਕੱਟੀ ਆ ਇੱਕ ਜਜ਼ਬਾ ਇੱਕ ਕੌਮ ਦੀ ਅਗਵਾਈ ਇੱਕ ਇੰਨੀਆਂ ਵੱਡੀਆਂ ਸ਼ਖਸੀਤਾਂ ਦੇ ਨਾਲ ਸਬੰਧਤ ਹੋਣ ਦਾ ਕਾਰਜ ਅਸੀਂ ਸਮਝਦੇ ਹਾਂ ਵੀ ਠੀਕ ਹੈ ਉਹਨਾਂ ਨੇ ਅੱਜ ਬਰਗਾੜੀ ਮੋਰਚੇ 'ਤੇ ਜਾਣ ਦਾ ਯਤਨ ਕੀਤਾ ਤੇ ਉਹਦਾ ਸਵਾਗਤ ਹੈਗਾ ਪਰ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇੰਨੀਆਂ ਮਹਾਨ ਸ਼ਖਸੀਤਾਂ ਦੇ ਉਹਨਾਂ ਦੇ ਪੁੱਤਰ ਹੋਣ ਕੇ ਉਹਨਾਂ ਦੇ ਭਰਾ ਹੋਣ ਦੇ ਨਾਤੇ ਜੀ ਤੁਸੀਂ ਇਸ ਇਸ ਘਟਿਆ ਕਿਸਮ ਦੀ ਰਾਜਨੀਤੀ ਵਿੱਚ ਕਿੱਥੇ ਤੁਰੇ ਫਿਰਦੇ ਹੋ ਤੁਹਾਡੀ ਐਡੀ ਵੱਡੀ ਧਾਰਮਿਕ ਸ਼ਖਸੀਅਤ ਆ ਤੁਸੀਂ ਤਾਂ ਸੰਤ ਕਰਤਾਰ ਸਿੰਘ ਜੀ ਵਾਂਗੂ ਜੇ ਧਰਮ ਪ੍ਰਚਾਰ ਦੀ ਲਹਿਰ ਚਲਾ ਲੰਦੇ ਤੇ ਜਿਹਦਾ ਕਿਆ ਸਭ ਤੋਂ ਜ਼ਿਆਦਾ ਲੋੜ ਹੈਗੀ ਇਹ ਮਰਕੇ ਉਹਦੇ ਚੋਂ ਤੁਹਾਨੂੰ ਆ ਦੋ ਦੋ ਟਕੇ ਦੀਆਂ ਐਮਐਲਏ ਦੀਆਂ ਕੁਰਸੀਆਂ ਜਾਂ ਇੱਕ ਕਾਰਪੋਰੇਸ਼ਨ ਦੀ ਚੇਅਰਮੈਨ ਇਹ ਮਰਕੇ ਐਡੀ ਵੱਡੀ ਸ਼ਖਸੀਅਤ ਦੇ ਸਾਹਮਣੇ ਇਹ ਗੱਲਾਂ ਕੀ ਨੇ ਜੀ ਜੀ ਅਸੀਂ ਸਮਝਦੇ ਹਾਂ ਵੀ ਸੋ ਅਸੀਂ ਭਾਈ ਸਾਹਿਬ ਨੂੰ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦੇ ਵੀ ਜਿੰਨੀ ਛੇਤੀ ਹੋ ਸਕਦਾ ਹੈ ਤੁਸੀਂ ਇਸ ਖਲਜਗਣ ਚੋਂ ਨਿਕਲੋ ਸਿੱਖੀ ਨੂੰ ਤੁਹਾਡੇ ਵਰਗੇ ਜਿਹੜੀਆਂ ਧਾਰਮਿਕ ਪੁਰਸ਼ ਨੇ ਉਹਨਾਂ ਦੀ ਬਹੁਤ ਲੋੜ ਆ ਇਸ ਅਕਾਲੀ ਦਲ ਦਾ ਜਾਂ ਕਿਸੇ ਵੀ ਪਾਰਟੀ ਦਾ ਖਹਿੜਾ ਛੱਡ ਕੇ ਧਰਮ ਦੇ ਖੇਤਰ ਵਿੱਚ ਆਓ ਜਿਹੜੇ ਵੀ ਧਾਰਮਿਕ ਸ਼ਕਸ਼ੀਤਨਾ ਲੜ ਕੇ ਜਾਂ ਤੁਸੀਂ ਆਪਣੇ ਆਪ ਦੇ ਤੌਰ ਤੇ ਹੁਣ ਸ਼ਹੀਦ ਭਾਈ ਅਮਰੀਕ ਸਿੰਘ ਦਾ ਪਰਿਵਾਰ ਸੰਤ ਕਰਤਾਰ ਸਿੰਘ ਜੀ ਦਾ ਪਰਿਵਾਰ ਜਿਹੜੀ ਉਹਨਾਂ ਲੋਕਾਂ ਨਾਲ ਤੁਰਿਆ ਫਿਰੇ ਜਿਨ੍ਹਾਂ ਤੇ ਅੱਜ ਦੋਸ਼ ਲੱਗ ਰਹੇ ਨੇ ਵੀ ਉਹਨਾਂ ਨੇ ਗੁਰਬਾਣੀ ਦਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਿਆਂ ਨੂੰ ਬਚਾਇਆ ਇੱਕ ਬਹੁਤ ਨਮੋਸ਼ੀ ਵਾਲੀ ਗੱਲ ਆ ਸੋ ਅਸੀਂ 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 ਬੇਨਤੀ ਕਰਦੇ ਹਾਂ ਵਾਰ-ਵਾਰ ਬੇਨਤੀ ਕਰਦੇ ਆਂ ਵੀ ਉਹਨਾਂ ਨੇ ਸਟੈਂਡ ਲਿਆ ਵਧੀਆ ਲਿਆ ਪਰ ਇੱਕਦਮ ਅਕਾਲੀ ਦਲ ਨੂੰ ਛੱਡ ਕੇ ਕਿਸੇ ਵੀ ਪਾਰਟੀ ਨੂੰ ਛੱਡ ਕੇ ਸਿਰਫ ਧਰਮ ਦੇ ਖੇਤਰ ਵਿੱਚ ਆਓ ਸਿੱਖੀ ਦਾ ਪ੍ਰਚਾਰ ਕਰੋ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਸੁਪਨਿਆਂ ਦਾ ਸੰਸਾਰ ਸਿਰਜਣ ਦਾ ਯਤਨ ਕਰੋ ਉਹਨਾਂ ਵੱਲੋਂ ਜਿਹੜਾ ਕਾਰਜ ਅਧੂਰਾ ਰਹਿ ਗਿਆ ਕਾਲਜਾਂ ਯੂਨੀਵਰਸਿਟੀਆਂ ਵਿੱਚ ਗੁਰਮਤ ਕੈਂਪ ਲਗਾ ਕੇ ਜਿੱਦਾਂ ਉਹ ਕਰਦੇ ਹੁੰਦੇ ਸੀ ਸਿੱਖੀ ਸਿੱਖ ਨੌਜਵਾਨਾਂ ਨੂੰ ਆਪਣੇ ਪੰਥ ਨਾਲ ਜੋੜੋ ਗੁਰੂ ਗ੍ਰੰਥ ਨਾਲ ਜੋੜੋ ਸਿੱਖ ਸ਼ਹੀਦਾਂ ਨਾਲ ਜੋੜੋ ਸਿੱਖ ਇਤਿਹਾਸ ਨਾਲ ਜੋੜੋ ਸੋ ਭਾਈ ਸਾਹਿਬ ਦੇ ਜਿੰਮੇ ਅਸੀਂ ਸਮਝਦੇ ਹਾਂ ਕਿ ਉਹ ਕਾਰਜ ਆਇਆ ਹੋਇਆ ਕੌਮ ਨੇ ਜਾਂ ਇਤਿਹਾਸ ਨੇ ਉਹਨਾਂ ਤੇ ਇੱਕ ਜ਼ਿੰਮੇਵਾਰੀ ਲਾਈ ਹੋਈ ਹੈ ਉਹਨਾਂ ਨੂੰ ਆਪਣੀ ਉਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਇਹ ਕਾਰਪੋਰੇਸ਼ਨੀਆਂ ਚੇਅਰਮੈਨੀਆਂ ਇਹ ਬਹੁਤ ਨੀਵੀਆਂ ਗੱਲਾਂ ਨੇ ਭਾਈ ਸਾਹਿਬ ਲਈ ਇਹਨਾਂ ਨੂੰ ਇੱਕਦਮ ਛੱਡ ਕੇ ਉਹਨਾਂ ਨੂੰ ਆਪਣੇ ਵਧੀਆ ਕਾਰਜ ਜਿਹੜੇ ਕਰਨੇ